ਆਹ ਤਾਂ ਲਾ ਲਾ ਪਿੰਨ ਜੀ। ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਲਓ ਜੀ ਅੱਜ ਚੱਲੇ ਅਸੀਂ ਸੰਗਰੂਰ। ਸੰਗਰੂਰ ਮੁੰਡੇ ਦਾ ਸਮਾਨ ਚੱਕ ਕੇ ਲਿਆਉਣਿਆ। ਮੁੰਡਾ ਸਾਡਾ ਬਹੁਤ ਰੇਸਾਂ ਲਾ ਦਿਆਂ ਨੇ, ਠੀਕ ਹੈ ਜੀ। ਪੁਲਿਸ ਦੀ ਸਿੱਧਾ ਭਰਤੀ ਹੋ ਰਿਹਾ ਇਹ, ਕਿਉਂਕਿ ਸਵੇਰੇ ਇਹ ਉੱਠਦਾ ਹੈਗਾ 9 ਵਜੇ ਇਹ ਉੱਠਦਾ ਹੈ, ਅਤੇ ਦੁਪਹਿਰੇ ਰੇਸ ਲਾਉਂਦਾ। ਲੋਕ ਤਾਂ ਸਵੇਰੇ ਲਾਉਂਦੇ ਨੇ, ਦੁਪਹਿਰੇ ਲਾਉਂਦੇ। ਇਸ ਕਰਕੇ ਇਹਦਾ ਜਿਹੜਾ ਸਮਾਨ ਹੈ, ਇਹਦਾ ਜੋ ਵੀ ਮਿੱਤਰ ਹੈ, ਉਹ ਚੱਕ ਕੇ ਲੈ ਕੇ ਆਉਣੇ ਆਪਾਂ ਅੱਜ, ਠੀਕ ਹੈ ਜੀ। ਚਲੋ ਤੁਸੀਂ ਵੇਟ ਕਰੋ, ਅਸੀਂ ਪਹੁੰਚਦੇ ਹਾਂ ਸੰਗਰੂਰ, ਠੀਕ ਹੈ ਜੀ। ਮਿਲਦੇ ਹਾਂ ਸੰਗਰੂਰ ਜਾ ਕੇ। ਓਕੇ ਜੀ, ਲਓ ਜੀ ਆਪਾਂ ਆ ਗਏ ਸੰਗਰੂਰ। ਸੰਗਰੂਰ ਪਹੁੰਚ ਗਏ ਆਪਾਂ, ਅਤੇ ਤਰਬੂਜ ਲੈਣੇ ਨੇ ਆਪਾਂ ਨੇ, ਜਾਂ ਖਰਬੂਜਾ। ਕਿਉਂਕਿ ਉਰ ਵਾਲਾ ਭਾਈ ਤਾਂ ਹੈ ਨਹੀਂ, ਹੈ ਨਹੀਂ ਆਉਂਦਾ ਭਾਈ, ਕਿੱਧਰ ਨਾ ਗਿਆ ਉਹ ਭਾਈ, ਕਿੱਧਰ ਫਿਰੀ ਜਾਂਦਾ। ਘੰਟਾ ਹੋ ਗਿਆ ਸੀ ਨਾ ਪਾ ਕੇ ਲੈ ਚੱਲੇ ਸੀ ਵੀ ਚੱਲ ਪਾ ਕੇ ਨੰਘ ਲੰਘ ਜਾਂਦੇ ਹਾਂ। ਕਿੰਨਾ ਕੁ ਪਵਾਉਣਾ ਹੋਵੇ ਵਾਹ ਦੇਖ ਫਿਰ ਲੈਣਾ ਕੀ ਇਹ ਲੈਣਾ ਹੁਣ ਦੇਖ ਜੋ ਕਿਹੜਾ ਲੱਗੀ ਆ ਕਿੰਨਾ ਨੂੰ ਕਿੰਨਾ ਮਾਂ ਚੱਲ ਤਰਬੂਜ ਖਾ ਲਈਏ, ਠੀਕ ਆ। ਅਤੇ ਬੇਨਤੀ ਹੈ ਬਾਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਯਾਰ, ਹੈ ਨਾ। ਅਤੇ ਬਾਜ਼ਾਰ 'ਚ ਆਏ ਸੀਗੇ, ਆਹ ਚੱਕ ਕੇ ਲਿਆਂਦਾ ਇਹਦਾ ਬੈਗ ਜਿਹਾ, ਕਿਉਂਕਿ ਇਹ ਮੁੰਡਾ ਟ੍ਰੇਨਿੰਗ ਕਰਦਾ, ਠੀਕ ਹੈ ਜੀ। ਅਤੇ ਲੋਕਡਾਊਨ ਕਰਕੇ ਸਾਰੇ ਕੱਪੜੇ ਦੇ ਚੱਕ ਲਿਆਂਦੇ, ਇਸ ਕਰਕੇ ਠੀਕ ਆ। ਚਲੋ ਲੈ ਲਈਏ ਸਮਾਨ, ਆ ਮਿਲਦੇ ਹਾਂ ਉਸ ਤੋਂ ਬਾਅਦ ਆਪਾਂ। ਲਓ ਜੀ ਆਪਾਂ ਆ ਗਏ ਸਮੋਸੇ ਖਾਣ। ਪਾਣੀ ਸਮੋਸੇ ਖਾਣ ਆ ਗਏ ਆਪਾਂ, ਠੀਕ ਆ। ਖਾ ਪੀ ਕੇ ਚੱਲਦੇ ਆਪਾਂ ਹੁਣ ਘਰ, ਠੀਕ ਆ। ਫਲ ਫਰੂਟ ਆਪਣੇ ਜਿਹੜਾ ਲੈਣਾ ਸੀ ਖਾਣਾ ਸੀ ਉਹ ਲੈ ਲਿਆ। ਠੰਡੇ ਦਾ ਕੀ ਬਣਿਆ ਨਾਲ, ਠੀਕ ਆ। ਚਲੋ ਜੀ ਖਾ ਪੀ ਲਈਏ, ਠੀਕ ਆ। ਉਸ ਤੋਂ ਬਾਅਦ ਆਪਾਂ ਚੱਲਦੇ ਘਰ ਨੂੰ ਆਪਣੇ, ਠੀਕ ਆ। ਬੈਗ ਲੈ ਲਿਆ ਆਪਾਂ ਨੇ, ਸਾਰਾ ਕੁਛ ਲੈ ਲਿਆ, ਠੀਕ ਆ। ਅਤੇ ਧੰਨਵਾਦ। ਚਟਨੀ ਖੱਟੀ ਆ ਨਾ।